ਜਿਹੜਾ ਕਿਸਾਨ ਜਥੇਬੰਦੀਆਂ ਦਾ 31 ਕਿਸਾਨ ਜਥੇਬੰਦੀਆਂ ਨੇ ਜੋ ਵੀ ਉੱਤੋਂ ਉਹ ਮੈਸੇਜ ਲਾਉਣਗੇ ਅਸੀਂ ਗਰਾਊਂਡ ਲੈਵਲ ਤੇ ਉਸ ਨੂੰ ਸਟਰੋਂਗ ਕਰਾਂਗੇ ਤੇ ਪੂਰੀ ਤਨਦੇਹੀ ਨਾਲ ਅਸੀਂ ਨਿਭਾਵਾਂਗੇ। ਅੱਜ ਦਾ ਵੀ ਸਕਸੈਸਫੁੱਲ ਰਿਹਾ, ਬਹੁਤ ਇਕੱਠ ਹੋਇਆ, ਕਿਸਾਨ ਵੀਰ ਆਏ ਨੇ ਤੇ ਜਿਹੜਾ ਸੰਘਰਸ਼ ਆ ਜਿੰਨਾ ਉੱਪਰੋਂ ਤੇਜ਼ ਕਰਨਾ ਪਿਆ ਤਾਂ ਅਸੀਂ ਉਨਾ ਹੀ ਤੇਜ਼ ਕਰਕੇ ਇਸ ਨੂੰ ਫਤਿਹ ਕਰਕੇ ਹਟਾਂਗੇ। ਮੋਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਆਪਣਾ ਅੜੀਅਲ ਤਰੀਕਾ ਛੱਡ ਕੇ ਲੋਕਤੰਤਰ ਦੀ ਆਵਾਜ਼ ਨੂੰ ਪਹਿਚਾਨਣ, ਲੋਕਾਂ ਦੀ ਆਵਾਜ਼ ਬਣਨ, ਨਾ ਕਿ ਆਪਣੇ ਜਿਹੜੇ ਉਦਯੋਗਿਕ ਘਰਾਣੇ ਨੇ ਜਿਵੇਂ ਕਿ ਰਿਲਾਇੰਸ ਵਾਲੇ ਬਣ ਨਿਊਰੀ ਨੇ ਉਹਨਾਂ ਦੀ ਆਵਾਜ਼ ਨਾ ਬਣਨ, ਉਹਨਾਂ ਦੇ ਚੌਂਕੀਦਾਰ ਨਾ ਬਣਨ, ਬਣਨਾ ਤਾਂ ਦੇਸ਼ ਦੇ ਚੌਂਕੀਦਾਰ ਬਣਨ, ਦੇਸ਼ ਦੇ ਹੀ ਲੋਕਤੰਤਰ ਦੀ ਆਵਾਜ਼ ਸੁਣਨ। ਸੰਯੁਕਤ ਕਿਸਾਨ ਮੋਰਚੇ ਦਿੱਲੀ ਵੱਲੋਂ 18 ਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਰੇਲ ਰੋਕਣ ਦਾ ਪੂਰੇ ਭਾਰਤ ਦੇ ਵਿੱਚ ਸੱਦਾ ਦਿੱਤਾ ਗਿਆ ਸੀ। ਅੱਜ ਅਸੀਂ ਉਸ ਸੰਦਰਭ ਦੇ ਵਿੱਚ ਨਾਭੇ ਵਿਖੇ 12 ਵਜੇ ਤੋਂ 4 ਵਜੇ ਤੱਕ ਸਾਡਾ ਜਿਹੜਾ ਧਰਨਾ ਉਹ ਆਪਣੇ ਸਟੇਸ਼ਨ ਦੇ ਉੱਪਰ ਚੱਲ ਰਿਹਾ ਅਤੇ ਅਸੀਂ ਮੋਦੀ ਸਰਕਾਰ ਨੂੰ ਇਹੀ ਚੇਤਾਵਨੀ ਦਿੰਦੇ ਹਾਂ ਕਿ ਜੋ ਝੂਠ ਤੂੰ ਪਾਰਲੀਮੈਂਟ ਦੇ ਵਿੱਚ ਬੈਠ ਕੇ ਬੋਲ ਰਿਹਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਮੋਦੀ ਨੇ ਝੂਠ ਬੋਲਿਆ ਕਿ ਕਿਸਾਨ ਤਾਂ ਕੋਈ ਮਰਿਆ ਹੀ ਨਹੀਂ, ਸਿਰਫ 2 ਕਿਸਾਨਾਂ ਦਾ ਜਿਹੜਾ ਸਰਕਾਰੀ ਅੰਕੜੇ ਦੇ ਤੌਰ 'ਤੇ ਡਾਟਾ ਹੈ ਜਿਹੜਾ ਉਹ ਸਿਰਫ 2 ਹੀ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਨੇ, ਜਦੋਂ ਕਿ 250 ਕਿਸਾਨ ਆ ਜਿਹੜਾ ਸ਼ਹੀਦ ਹੋ ਚੁੱਕੇ ਆ। ਦੂਜਾ, ਵਿੱਤ ਮੰਤਰੀ ਇਹ ਕਹਿ ਰਿਹਾ ਕਿ ਜਿਹੜਾ 4% ਸੈਸ ਪੈਟਰੋਲ 'ਤੇ ਲਾਇਆ ਡੀਜ਼ਲ 'ਤੇ ਉਹ ਵਧੇਗਾ ਨਹੀਂ, ਅਸੀਂ ਦੂਜੇ ਲੋਟ ਉਹਨੂੰ ਘਟਾ ਦਾਂਗੇ ਉਹ ਬਰਾਬਰ ਰਹੇਗਾ। ਜਿਹਦੀ ਉਦਾਹਰਨ ਤੁਹਾਡੇ ਸਾਹਮਣੇ ਆ ਕਿ 9 ਦਿਨਾਂ ਤੋਂ ਲਗਾਤਾਰ ਡੀਜ਼ਲ 'ਤੇ ਪੈਟਰੋਲ ਆ ਜਿਹੜਾ ਮਹਿੰਗਾ ਹੋ ਰਿਹਾ ਔਰ ਆਮ ਬੰਦੇ ਦੀ ਜੇਬ ਦੇ ਉੱਪਰ ਇਸ ਕਾਰਪੋਰੇਟ ਘਰਾਣੇ ਦਾ ਜਿਹੜਾ ਇਹ ਕਹਿੰਦਾ ਕਿ ਮੋਦੀ ਕਿ ਮੈਂ ਲੋਕਾਂ ਦੀ ਸਰਕਾਰ ਆ, ਇਹ ਹੁਣ ਲੋਕਾਂ ਨੂੰ ਦੇਖਣ ਲੱਗ ਗਿਆ ਕਿ ਲੋਕਾਂ ਦੀ ਸਰਕਾਰ ਨਹੀਂ ਹੈ, ਸਿਰਫ ਕਾਰਪੋਰੇਟ ਦੀ ਹੈ। ਹਰ ਇੱਕ ਚੀਜ਼ ਦਾ ਰੇਟ ਵੱਧ ਰਿਹਾ, 50 ਰੁਪਏ ਗੈਸ ਦੇ ਵੱਧ ਗਏ, 100 ਰੁਪਏ ਤੱਕ ਪਹੁੰਚਣ ਵਾਲਾ ਪੈਟਰੋਲ ਅਤੇ ਡੀਜ਼ਲ ਔਰ ਹਰ ਚੀਜ਼ ਜਿਹੜੀ ਜਾਣੀ ਪ੍ਰਾਈਵੇਟ ਤੋਂ ਖਰੀਦਣੀ ਹੈ ਕਿਸਾਨ ਨੇ ਜਾਂ ਮਜ਼ਦੂਰ ਨੇ ਜਾਂ ਮੁਲਾਜ਼ਮ ਨੇ ਉਹ ਸਾਰੀ ਦੀ ਸਾਰੀ ਮਹਿੰਗੀ ਹੋ ਰਹੀ ਹੈ ਔਰ ਸਿਰਫ ਝੂਠੀ ਔਰ ਬੋਲੀ ਸਰਕਾਰ ਆ ਇਹ। ਇਹਨੂੰ ਜਗਾਉਣ ਦੇ ਲਈ ਅਸੀਂ ਸੰਘਰਸ਼ ਆ ਜਿਹੜਾ ਤੇਜ਼ ਕਰ ਰਹੇ ਹਾਂ।